ਕਿਸਾਨ ਮਜ਼ਦੂਰ ਅਤੇ ਨੌਜਵਾਨ ਨੂੰ ਜਿੰਨਾ ਚਿਰ ਤੁਸੀਂ ਸ਼ਾਮਿਲ ਨਹੀਂ ਕਰਦੇ ਉਨਾ ਚਿਰ ਤੁਸੀਂ ਦੇਸ਼ ਦੀ ਤਰੱਕੀ ਨਹੀਂ ਕਰ ਸਕਦੇ। ਇਸ ਬਜਟ ਦੇ ਵਿੱਚ ਨਾ ਕਿਸਾਨ ਲਈ ਕੁਛ ਮਿਲਿਆ, ਨਾ ਮਜ਼ਦੂਰ ਲਈ ਕੋਈ ਗੱਲ ਹੋਈ ਹੈ, ਔਰ ਨਾ ਨੌਜਵਾਨ ਦੀ ਬੇਰੁਜ਼ਗਾਰੀ ਕਿਵੇਂ ਦੂਰ ਕਰਨੀ ਉਹਦੇ ਵਾਸਤੇ ਕੋਈ ਗੱਲ ਸਰਕਾਰ ਨੇ ਕੀਤੀ ਹੈ। ਔਰ ਅੱਜ ਮੈਂ ਸਮਝਦਾ ਹਾਂ ਕਿ ਜੋ ਇਹਨਾਂ ਨੇ ਕੁਛ ਕਰਨਾ ਸੀ ਉਹ ਇਹ ਸਰਕਾਰ ਇਲੈਕਸ਼ਨ ਜਿੱਤਣ ਵਾਸਤੇ ਪਹਿਲਾਂ ਕਰ ਚੁੱਕੀ ਹੈ। ਬਜਟ ਦੇਣ ਵਾਸਤੇ ਇਹਨਾਂ ਕੋਲ ਕੁਛ ਨਹੀਂ ਸੀ, ਉਲਟਾ ਇਹਨਾਂ ਨੇ ਟੈਕਸਾਂ ਦੀ ਜਿਹੜੇ ਜਿਵੇਂ 1% ਪੈਟਰੋਲ 'ਤੇ ਔਰ ਡੀਜ਼ਲ 'ਤੇ ਵਧਾ ਦਿੱਤਾ 1-1 ਰੁਪਇਆ, ਉਹਦੇ ਨਾਲ ਮਹਿੰਗਾਈ ਜਿਹੜੀ ਆ ਹੋਰ ਵਧੇਗੀ, ਆਮ ਬੰਦੇ ਦਾ ਜੀਣਾ ਜਿਹੜਾ ਆ ਉਹ ਮੁਸ਼ਕਲ ਹੋਏਗਾ ਮਹਿੰਗਾਈ ਦੇ ਸਮੇਂ ਦੇ ਵਿੱਚ। ਕਿੰਨੇ ਨੰਬਰ ਦਿੰਦੇ ਦੱਸੋ ਇਹਨਾਂ ਨੂੰ 0 ਦੇਣਾ ਨੰਬਰ ਦੇ ਤਾਂ ਹੀ ਹੋਏਗਾ ਜੇ ਲੋਕਾਂ ਜੇ ਨੌਜਵਾਨ ਕਿਸਾਨ ਅਤੇ ਮਜ਼ਦੂਰ ਵਾਸਤੇ ਕੁਝ ਹੁੰਦਾ ਦਿਸੇਗਾ। ਪੰਜਾਬ ਦੇ ਲਈ ਕੀ ਐਕਸਪੈਕਟੇਸ਼ਨ ਸੀਗੀਆਂ? ਪੰਜਾਬ ਲਈ ਅਸੀਂ ਸੋਚਦੇ ਹਾਂ ਕਿ ਸ਼ਾਇਦ ਸਾਡਾ ਕਰਜ਼ਾ ਕੁਛ ਮਾਫ਼ ਕਰਨਗੇ ਪੰਜਾਬ ਦਾ ਕਿਉਂਕਿ ਅੱਤਵਾਦ ਦੇ ਸਮੇਂ ਦਾ ਕਰਜ਼ਾ ਬਹੁਤ ਚੜਿਆ, ਉਹ ਹੀ ਨਹੀਂ ਸਾਡਾ ਮਾਫ਼ ਹੋ ਰਿਹਾ, ਔਰ ਉਹ ਕਰਜ਼ਾ ਸਾਡਾ ਮਾਫ਼ ਹੋਣਾ ਚਾਹੀਦਾ ਸੀ। ਔਰ ਕਿਸਾਨ ਦੇ ਵਿਹਾਵ ਦੇ ਉੱਤੇ ਪੰਜਾਬ ਦੀ ਜਿਹੜੀ ਆ ਆਰਥਿਕ ਅਰਥ ਵਿਵਸਥਾ ਆ, ਅਤੇ ਜਦੋਂ ਕਿਸਾਨ ਨੂੰ ਕੁਛ ਨਹੀਂ ਮਿਲਣਾ, ਮਜ਼ਦੂਰ ਨੂੰ ਕੁਛ ਨਹੀਂ ਮਿਲਣਾ, ਤਾਂ ਕੁਦਰਤੀ ਗੱਲ ਹੈ ਪੰਜਾਬ ਕਿਵੇਂ ਸਰਵਾਈਵ ਕਰੇਗਾ। ਸੋ ਇੰਡਸਟਰੀ ਲਾਉਣ ਵਾਸਤੇ ਕੋਈ ਖਾਸ ਇਨੀਸ਼ੀਏਟਿਵ ਨਹੀਂ ਲਿਆ ਗਿਆ। ਸਮਾਲ ਸਕੇਲ ਇੰਡਸਟਰੀ ਜਿਹੜੀ ਆ ਉਹ ਚਾਈਨਾ ਨੇ ਤਬਾਹ ਕਰਕੇ ਰੱਖ ਦਿੱਤੀ, ਚਾਈਨਾ ਦੇ ਇੰਪੋਰਟ ਨੇ, ਉਹ ਚੀਜ਼ਾਂ ਦੇ ਉੱਤੇ ਕੋਈ ਇਹਨਾਂ ਨੇ ਵਧਾਇਆ ਨਹੀਂ ਗਾ, ਕੋਈ ਕਸਟਮ ਵਧਾ ਦਿੰਦੇ ਤਾਂ ਕਿ ਸਾਡੀ ਜਿਹੜੀ ਆਪਣੀ ਇੰਡਸਟਰੀ ਸਰਵਾਈਵ ਕਰਦੀ, ਉਹਦੇ ਵਾਸਤੇ ਕੋਈ ਕੰਮ ਨਹੀਂ ਕੀਤਾ ਗਿਆ। ਸੋ ਇਸੇ ਤਰੀਕੇ ਨਾਲ ਨੌਜਵਾਨ ਜਿਹੜੇ ਖੇਡਦੇ ਸੀ ਖੇਲੋ ਇੰਡੀਆ ਦੇ ਵਿੱਚ, ਗੋਲਡ ਮੈਡਲਿਸਟ ਕੁੜੀਆਂ ਝੋਨਾ ਲਾ ਰਹੀਆਂ, ਤੁਹਾਡੇ ਸਾਹਮਣੇ ਵੀਡੀਓ ਕਿੰਨੀ ਵਾਇਰਲ ਹੋਈ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿ ਸਾਨੂੰ ਮੈਡਲ ਜਿੱਤੋਂ ਤੋਂ ਬਾਅਦ ਕਿਸੇ ਨੇ ਪੁੱਛਿਆ ਹੀ ਨਹੀਂ ਹੈਗਾ, ਨੈਸ਼ਨਲ ਮੈਡਲ ਉਹਨਾਂ ਨੇ ਜਿੱਤਿਆ। ਸੋ ਇਹੋ ਜਿਹੀ ਗੱਲਾਂ ਜਿਹੜੀਆਂ ਨੇ ਸਿਰਫ ਖਬਰਾਂ ਬਣਾਉਣ ਵਾਸਤੇ ਪੋਸਟਰ ਲਾਉਣ ਤੱਕ ਇਹਨਾਂ ਦੀਆਂ ਸੀਮਤ ਨੇ। ਥੱਲੇ ਗਰਾਊਂਡ ਵਾਸਤੇ ਤੁਹਾਨੂੰ ਉਮੀਦ ਸੀਗੀ? ਬਿਲਕੁਲ ਵੱਡੀ ਉਮੀਦ ਸੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਸਤੇ ਕਿ ਇਹ ਕੁਛ ਨਾ ਕੁਛ ਬਜਟ ਸਰਕਾਰ ਜ਼ਰੂਰ ਲੈ ਕੇ ਆਏਗੀ, ਕਿਉਂਕਿ ਉਹ ਵੱਡਾ ਦਿਨ ਆ ਔਰ ਸਦੀਆਂ 'ਚ 1-2 ਦੇਣੀ, ਇਹ ਸਦੀ 'ਚ 1-2 ਵਾਰੀ ਆਉਂਦੇ, 550 ਸਾਲਾਂ ਹੋ ਗਿਆ ਜਾਂ 500 ਸਾਲਾਂ ਹੋ ਗਿਆ, 50 ਸਾਲਾਂ ਬਾਅਦ ਆਉਣਾ ਹੁੰਦਾ, ਉਹਦੇ ਵਾਸਤੇ ਕੋਈ ਇਹਨਾਂ ਨੇ ਉਚੇਚ ਨਹੀਂ ਕੀਤਾ। ਜ਼ਿਲ੍ਹਿਆਂ ਵਾਲੇ ਬਾਗ ਦਾ ਵੀ ਇਹਨਾਂ ਨੇ ਇਸੇ ਤਰ੍ਹਾਂ ਹੀ 100 ਸਾਲ ਦਾ ਕੱਢ ਦਿੱਤਾ ਗਿਆ, ਜਿਹੜਾ ਕਿ ਇਹਨਾਂ ਨੂੰ ਪਹਿਲਾਂ ਪਤਾ ਸੀ, ਕੋਈ ਉਹਦੇ ਵਾਸਤੇ ਕੋਈ ਉਚੇਚ ਤੁਸੀਂ ਦੇਖਿਆ ਕੋਈ ਕੰਮ ਨਹੀਂ ਕੀਤਾ। ਮੁਸ਼ਕਲ ਦੇ ਨਾਲ ਮੇਰਾ ਖਿਆਲ ਜਿਹੜੇ ਲੋਕ ਰੂਟੀਨ 'ਚ ਜ਼ਿਲ੍ਹਿਆਂ ਵਾਲੇ ਬਾਗ ਆਉਂਦੇ ਨੇ, ਜਿਨ੍ਹਾਂ ਦੀ ਆਸਥਾ ਹੈ ਗੁਰੂ ਉੱਥੇ ਸ਼ਹੀਦਾਂ ਦੇ ਨਾਲ ਜੁੜੀ, ਉਹੀ ਲੋਕ ਸਨ, ਇਹਨਾਂ ਨੇ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ 'ਤੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ। ਹੁਣ ਵੀ ਗੁਰੂ ਸਾਹਿਬਾਨ ਵਾਸਤੇ ਕੋਈ ਇਹਨਾਂ ਨੇ ਸਪੈਸ਼ਲ ਪੈਕੇਜ, ਕੋਈ ਸਪੈਸ਼ਲ ਟ੍ਰੇਨ ਚਲਾਉਣੀ ਹੋਵੇ, ਕੋਈ ਇਹੋ ਜਿਹੇ ਕੰਮ ਕਰਨੇ, ਹੁਣ ਕੁਛ ਵੀ ਨਹੀਂ ਕੀਤਾ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।